ਹਾਂਜੀ ਅਸਲਾਮ ਵਾਲੇਕਮ ਜੀ ਤੁਹਾਨੂੰ ਤਾਂ ਕੀ ਰਹੀ ਹੋ ਦੇਸੀ ਮੋਲ ਯੂ ਕੇ ਔਰ ਮੈਂ ਅਵਕਾਸ ਫਰੀਦ ਅਸਲ ਨਾਲ ਜਨਾਬ ਤੁਹਾਡੀ ਸਵਾਗਤ ਹੈ ਅੱਜ ਫਰਹਾਨ ਭਾਈ ਨਾਲ ਅਹਿਮਦ ਭਾਈ ਔਰ ਇੱਧਰ ਜਨਾਬ ਅਲੀ ਅਸਲ ਨੇ ਮੋਹਤਰਮ ਉਸਤਾਦ ਅਲੀ ਸਾਹਿਬ ਅਸਲ ਜਨਾਬ ਇਸ ਤਰ੍ਹਾਂ ਚਾਹੀਦੇ ਹਾਂ A38 ਆਪਣੋ ਸਾਡਾ ਸਫ਼ਰ ਬਰਮਿੰਗਮ ਏਅਰਪੋਰਟ ਦੀ ਤਰਫ ਉਸਦੀ ਵਜ੍ਹਾ ਇਹ ਆ ਜੀ ਕਿ ਫਰਹਾਨ ਸਾਹਿਬ ਔਰ ਛੋਟੇ ਭਾਈ ਨੇ ਅਹਿਮਦ ਰਾਜ਼ਾ ਸਾਹਿਬ ਇਹ ਚਾਹੀਦੇ ਅੱਜ ਸਾਊਦੀ ਅਰਬ 'ਚ ਉਮਰਾ ਕਰਨ ਵਾਸਤੇ ਦੁਆ ਕਰਦੇ ਹਾਂ ਅੱਲਾਹ ਤਾਲਾ ਜਿਹੜਾ ਸਫ਼ਰ ਮੁਬਾਰਕ ਕਰੇ ਉਮਰਾ ਕਬੂਲ ਕਰੇ ਅਤੇ ਅਸਾਂ ਨਾਲ ਜੁੜੇ ਰਹੋ ਇਨਸ਼ਾਅੱਲਾ ਬਾਕੀ ਤੁਸੀਂ ਦੱਸਦੇ ਹਾਂ ਸੁਬਹਾ ਦਾ ਟਾਈਮ ਹੈ ਜੀ ਕੋਈ ਤਕਰੀਬਨ 4:30 ਨੂੰ ਤਾਂ ਰੋਡ ਬਿਲਕੁਲ ਖਾਲੀ ਔਰ ਬੜੀ ਸਾਫ਼ ਸੁਥਰੀ ਮੌਸਮ ਵੀ ਦਰਮਿਆਨਾ ਜਾਵੇ ਇਨਸ਼ਾਅੱਲਾ ਤੁਸੀਂ ਦੱਸਦੇ ਰਹੇ ਨਾਲ ਨਾਲ ਫਿਰ ਲਓ ਜੀ ਪਹੁੰਚ ਗਏ ਹਾਂ ਜੀ ਬਰਮਿੰਗਮ ਇੰਟਰਨੈਸ਼ਨਲ ਏਅਰਪੋਰਟ 'ਤੇ ਕਾਰ ਪਾਰਕਿੰਗ 'ਚ ਇੱਧਰ ਜਨਾਬ ਜਾਈਦੇ ਨਿੱਕੇ ਅਹਿਮਦ ਰਜ਼ਾ ਸਾਹਿਬ ਜਾਓ ਜੀ ਅੱਲਾ ਸੁਣਨ ਵਾਲਾ ਤਾਂ ਦੁਆ 'ਚ ਯਾਦ ਰੱਖੇ ਅਸਾਂ ਕੀ ਵੀ ਹਾਂ ਅਸਾਂ ਵਾਪਸ ਜਾਣਾ ਉਮੀਦ ਹੈ ਫਰਹਾਨ ਸਾਹਿਬ ਅੱਲਾ ਸੁਣਨੇ ਵਾਲਾ ਜਨਾਬ ਦੁਆ ਕਰੇ ਜਨਾਬ ਇਨਸ਼ਾਅੱਲਾ ਜਲਦੀ ਫਿਰ ਮੁੜੀ ਦਾ ਅੱਛੋ ਤਾਂ ਫਿਰ ਜਲਦੀ ਮੁਲਾਕਾਤ ਹੋਇਆ ਲਓ ਜਨਾਬ ਬਰਫ਼ ਵੀ ਪੈਣਾ ਸ਼ੁਰੂ ਹੋ ਗਈ ਹੈ ਅਸ ਹੁਣ ਬਰਮਿੰਗਮ ਤੋਂ ਵਾਪਸ ਜਨਾਬ ਡਰਬੀਨ ਹੋ ਗਏ ਹਾਂ ਆ ਤੱਕ ਹੀ ਸਕਦੇ ਹੋ ਸਕਰੀਨ ਪਰ ਜਨਾਬ ਬੜੀ ਖੂਬਸੂਰਤ ਹਲਕੀ ਹਲਕੀ ਬਰਫ਼ ਪੈਣਾ ਸਟਾਰਟ ਹੋ ਗਈ ਬੜੀ ਸੋਹਣੀ ਜੀ ਮਾਸ਼ਾਅੱਲਾ ਬਰਫ਼ ਪੈਣਾ ਸ਼ੁਰੂ ਹੋ ਗਈ ਹੈ ਜ਼ਬਰਦਸਤ ਪਿਛਲੇ ਵਲਾਗ ਵਿੱਚ ਤੁਸਾਂ ਕਿ ਜਨਾਬ ਲਈ ਦੱਸਿਆ ਸੀ ਕਿ ਸਰਦੀ ਦੀ ਸ਼ਿੱਦਤ ਵਿੱਚ ਬਹੁਤ ਇਜ਼ਾਫਾ ਸੀ ਚਾਂਦ ਸਨ ਬਰਫ਼ ਪੈਣੇ ਨੇ ਲੇਕਿਨ ਨਹੀਂ ਸੀ ਪਈ 5-6 ਦਿਨ ਮੈਂ ਬੜਾ ਵੇਟ ਕੀਤਾ ਉਸ ਵਲਾਗ ਵਿੱਚ ਕਿ ਬਰਫ਼ ਪਿਆ ਲੇਕਿਨ ਉਹਲੇ ਨਹੀਂ ਪਈ ਹੁਣ ਤਾਂ ਕੀ ਸਕਦੇ ਹੋ ਜੀ ਕਿ ਅੱਜ ਟਿਊਜ਼ਡੇ ਮੋਰਨਿੰਗ ਸੁਬਹਾ ਜਨਾਬ 7 ਵਜੇ ਦਾ ਟਾਈਮ ਹੈ ਤਕਰੀਬਨ ਤਾਂ ਬਰਫ਼ ਤਾਂ ਕੀ ਸਕਦੇ ਹੋ ਜੀ ਕਿ ਕਿਤਨੀ ਹੀ ਜ਼ਬਰਦਸਤ ਬਰਫ਼ ਪਈ ਰਹੀ ਹੈ ਇਹ ਤਾਂ ਕੋਈ ਲਓ ਜੀ ਇਹ ਜਿਹੜੀ ਵੀਡੀਓ ਆ ਇਹ ਵਲਾਗ ਇਸਨੇ ਆਖਰ ਪੁੱਛਣ ਦੱਸਾਂ ਜੀ ਕਿ ਇਹ ਦੋਸਤਾਂ ਦਾ ਸਫ਼ਰ ਕੈਸਾ ਹੋਇਆ ਉੱਥੇ ਜੇ ਤਾਂ ਉਹ ਕਿਹੜੀਆਂ ਸਰਗਰਮੀਆਂ ਕਰੀ ਜੇ ਅਤੇ ਇਸ ਤੋਂ ਬਾਅਦ ਦਾ ਜਿਹੜਾ ਸਫ਼ਰ ਹੈ ਇਹ ਉਹਨਾਂ ਨਾਲ ਆਇਆ ਇਹ ਹੁਣ ਜਹਾਜ਼ 'ਚ ਬਹਿ ਕੇ ਅਤੇ ਜਹਾਜ਼ ਆਪਣੀ ਮੰਜ਼ਿਲ ਦੀ ਤਰਫ ਜਨਾਬ ਅਲੀ ਜਾਈ ਰਿਹਾ ਉਸਦੇ ਸਾਹਮਣੇ ਦੁਆ ਕਰਨੇ ਆ ਜੀ ਕਿ ਅੱਲਾਹ ਤਾਲਾ ਵਾਲੇ ਦੋਸਤਾਂ ਨੂੰ ਉਮਰਾ ਜਿਹੜਾ ਆ ਇਹ ਆਪਣੀ ਬਾਰਗਾਹ ਵਿੱਚ ਕਬੂਲ ਫਰਮਾਉਣ ਔਰ ਮੈਂ ਉਮੀਦ ਕਰਨਾ ਜੀ ਅਸਾਂ ਤੁਸਾਂ ਸਾਰਿਆਂ ਵਾਸਤੇ ਉਹ ਉੱਥੇ ਜਾਈ ਅਤੇ ਦੁਆ ਜ਼ਰੂਰ ਕਰ ਸਕਦਾ ਮੈਂ ਵੀ ਇਹ ਦੁਆ ਕਰਨਾ ਜੀ ਕਿ ਅੱਲਾਹ ਤਾਲਾ ਹਰ ਮੋਮਨ ਮੁਸਲਮਾਨ ਕੀ ਆਪਣੇ ਪਿਆਰੇ ਦੇਸ਼ ਮੱਕਾ ਮਦੀਨਾ ਨੀ ਜ਼ਿਆਰਤ ਕਰਨੇ ਉਮਰਾ ਹਜ ਕਰਨੇ ਨੀ ਤੋਫੀਕ ਅਤਾ ਫਰਮਾਨ ਤਾਂ ਕੀ ਸਕਦੇ ਹੋ ਜੀ ਜਹਾਜ਼ ਉੱਡ ਰਹੀ ਗਿਆ ਇਹ ਇੱਥੇ ਜੀ ਹੁਣ ਕੋਈ ਅਹਿਮਦ ਸਾਹਿਬ ਕਮੈਂਟਰੀ ਕਰੀ ਲੇਕਿਨ ਆਵਾਜ਼ ਨਹੀਂ ਆਈ ਕਿਉਂਕਿ ਮੈਂ ਤਾਂ ਵੋਇਸ ਓਵਰ ਦੇ ਰਿਹਾ ਹਾਂ ਇਹ ਉੱਥੇ ਏਅਰਪੋਰਟ 'ਤੇ ਪਹੁੰਚੀ ਗਏ ਹੁਣ ਉਸ ਤੋਂ ਬਾਅਦ ਉਹ ਜਨਾਬ ਜਾ ਸਨ ਬਾਹਰ ਆਪਣੀ ਜਿਹੜੀ ਕੋਈ ਟੈਕਸੀ ਵਗੈਰਾ ਉਹ ਪਹੁੰਚ ਸਨ ਆਪਣੀ ਮੰਜ਼ਿਲ ਦੀ ਤਰਫ ਮਜ਼ੀਦ ਤਾਂ ਅਹਿਮਦ ਰਜ਼ਾ ਸਾਹਿਬ ਫਰਹਾਨ ਸਾਹਿਬ ਅਸਾਂ ਕਿ ਆਪਣੀਆਂ ਦੁਆਵਾਂ 'ਚ ਯਾਦ ਰੱਖਿਆ ਅਤੇ ਇਨਸ਼ਾਅੱਲਾ ਜਲਦੀ ਅਸਾਂ ਵੀ ਹਾਜ਼ਰੀ ਉੱਥੇ ਉਸੀ ਤਾਂ ਬਿਲਕੁਲ ਜੀ ਹੁਣ ਪੁੱਛੀਏ ਜਨਾਬ ਰੋਜ਼ਾ ਰਸੂਲ ਸਭ ਗੁੰਬਦ ਅਬਰ ਉੱਥੇ ਜਾਈ ਅਤੇ ਅਸਾਂ ਉਸਨੇ ਦੁਆ ਵੀ ਕੀਤੀ ਨੇ ਇਹ ਤਾਂ ਕੀ ਸਕਦੇ ਹੋ ਜੀ ਰੋਜ਼ਾ ਰਸੂਲ ਨੇ ਬਿਲਕੁਲ ਨਜ਼ਦੀਕ ਹਨ ਜਨਾਬ ਬੜਾ ਹੀ ਖੂਬਸੂਰਤ ਮੰਜ਼ਰ ਬੜਾ ਹੀ ਖੂਬਸੂਰਤ ਮੰਜ਼ਰ ਦੁਨੀਆ ਪਰ ਪੁਰਸਕੂਨ ਜਗ੍ਹਾ ਬਿਲਕੁਲ ਤਾਂ ਕੀ ਸਕਦੇ ਹੋ ਇਹ ਦੇਖੋ ਜੀ ਨਜ਼ਾਰੇ ਸਾਊਦੀ ਅਰਬ ਨੇ ਜਿੱਥੇ ਜਾਣ ਵਾਸਤੇ ਹਰ ਇੱਕ ਮੁਮਿਨ ਮੁਸਲਮਾਨ ਮਰਦ ਔਰਤ ਨੂੰ ਇਹ ਖਾਹਿਸ਼ ਹੈ ਇਹ ਤਾਂ ਕੀ ਸਕਦੇ ਹੋ ਜੀ ਸਾਰੇ ਅੱਜ ਹੀ ਜਾਈ ਰਹੇ ਮਾਸ਼ਾਅੱਲਾ
ਇਹ ਜਨਾਬ ਜੀ ਨਾ ਬੰਦਿਆਂ ਰੋਜ਼ੇ ਵਗੈਰਾ ਰੱਖੇ ਹੋਏ ਨੇ, ਉਹਨਾਂ ਦੀ ਇਫਤਾਰੀ ਨਾ ਟਾਈਮ ਹੈ, ਮਾੜਾ ਖਿਆਲ ਹੈ, ਮਸਜਿਦ ਨਬਵੀ ਵਿੱਚ ਹੀ ਹੈ ਅਗਰ ਮੈਂ ਰੋਂਗ ਨਾ ਤਾਂ। ਉਹਨੇ ਵਾਲੇ ਦੋਸਤ ਜਨਾਬ ਅਲੀ ਉੱਥੇ ਮਦੀਨਾ ਵਿੱਚ ਮਾਰਕੀਟ ਵਿੱਚ ਗਏ ਜੀ, ਕੋਈ ਖਜੂਰਾਂ ਵਗੈਰਾ ਕਿੰਨੇ ਵਾਸਤੇ, ਉਮੀਦ ਹੈ ਜੀ ਅਸਾਂ ਵਾਸਤੇ ਵੀ ਅੱਛਾ ਖਜੂਰਾਂ। ਇਹ ਦੇਖੋ ਜੀ ਫਰੰਟ ਕੈਮਰੇ ਵੱਲੋਂ, ਮਾਸ਼ਾ ਅੱਲਾ ਤਬਾਰਕ ਅੱਲਾ।